ਅਸੀਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖ ਅਸੀਂ ਯੂਪੀ ਵਿੱਚ ਸਾਂ। ਇੱਕ ਗੁਰਸਿੱਖ ਪਰਿਵਾਰ ਭਟਕ ਗਿਆ। ਤੁਹਾਨੂੰ ਯਾਦ ਹੋਣਾ 1974-75 ਦੇ ਵਿੱਚ ਨਾ ਇੱਕ ਸਟੋਪ ਦੇਵਤਾ ਚੱਲਿਆ ਸੀ। ਸਟੋਪ ਦੇਵਤਾ ਬੜੀ ਉਹਦੀ ਚਰਚਾ ਹੋ ਗਈ। ਯੂਪੀ ਦੇ ਵਿੱਚ ਵੀ ਚੰਗਾ ਭਲਾ ਗੁਰਸਿੱਖ ਪਰਿਵਾਰ, ਉਹਨਾਂ ਦੇ ਘਰੇ ਵੀ ਇਕੱਠ ਹੋਣ ਲੱਗ ਪਿਆ। ਉਹਨਾਂ ਦੀ ਬੀਬੀ, ਇੱਕ ਕੁਆਰੀ ਬੀਬੀ, ਉਹ ਧੋ ਮਾਂਜ ਕੇ ਸਟੋਪ ਰੱਖ ਲੈਂਦੀ ਥਾਲੀ 'ਤੇ, ਲੋਕ ਆ ਕੇ ਆਪੋ ਆਪਣੀਆਂ ਗੱਲਾਂ ਪੁੱਛਦੇ ਅਤੇ ਉਹਦੀ ਚਰਚਾ ਬੜੀ ਹੋ ਗਈ। ਉਹ ਕਥਾ ਸੁਣਨ ਆਇਆ ਅਤੇ ਉਹਨੇ ਸੰਤਾਂ ਮਹਾਂਪੁਰਖਾਂ ਕੋਲ ਬਚਨ ਕੀਤਾ ਕਿ ਮਹਾਰਾਜ ਜੀ, ਮੇਰੀ ਪੁੱਤਰੀ ਦੀ ਬੜੀ ਮੰਨਤਾ ਹੋ ਗਈ ਅਤੇ ਲੋਕ ਹੋਰ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਇਹ ਦੇਵੀ ਹੈ, ਇਹ ਫਲਾਨਾ ਹੈ। ਅਤੇ ਮਹਾਂਪੁਰਖ ਕਹਿੰਦੇ, ਭਾਈ ਭਟਕਣਾ ਨਹੀਂ, ਅਸੀਂ ਗੁਰੂ ਕੇ ਸਿੱਖ ਹੈ ਅਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਹੈ, ਇਹਤੋਂ ਪਾਸੇ ਨਹੀਂ ਜਾਣਾ। ਕੁਛ ਨਹੀਂ ਪਿਆ ਦੇ ਸਟੋਪਾਂ ਸਟਾਪਾਂ ਦੇ ਵਿੱਚ, ਇਹ ਐਵੇਂ ਪਖੰਡ ਨੰਬਰ ਨੇ, ਤੁਸੀਂ ਵੀ ਭੁਲੇਖੇ 'ਚ ਪੈ ਗਏ ਅਤੇ ਫਿਰ ਤੁਸੀਂ ਘਰੇ ਚੱਲੋ ਮਹਾਂਪੁਰਖੋ। ਕਹਿੰਦੇ ਚਲੋ ਭਾਈ, ਅਸੀਂ ਵੀ ਨਾਲ ਚਲੇ ਗਏ, ਸਾਰੇ ਚਲੇ ਗਏ ਸਿੰਘ, ਬਹੁਤ ਸਾਰੇ ਸਿੰਘ। ਰਾਗੀ ਭਾਈ ਰਾਮ ਸਿੰਘ ਜੀ ਨੇ ਪ੍ਰੋਗਰਾਮ ਬਣਾਏ ਹੋਏ ਸੀ ਉੱਥੇ, ਉਹ ਵੀ ਨਾਲ ਚਲੇ ਗਏ ਅਤੇ 2 ਕਿੱਲੇ ਪਿੱਛੇ ਬੱਸ ਰੁਕ ਗਈ। ਅੱਗੇ ਥਾਂ ਨਹੀਂ ਸੀ ਜਾਣ ਨੂੰ, ਰਸਤਾ ਛੋਟਾ ਸੀ, ਤੁਰ ਕੇ ਹੀ ਗਏ ਖੇਤਾਂ ਵਿੱਚ ਦੀ। ਅਤੇ ਹੋਰ ਵੀ ਲੋਕ ਆਸੇ ਪਾਸੇ ਵਹਿਕਾਂ ਤੋਂ ਆ ਗਏ, ਵਾਹਵਾ ਇਕੱਠ ਹੋ ਗਿਆ ਘਰੇ। ਹੁਣ ਸਾਰਿਆਂ ਦੇ ਸ਼ੰਕੇ ਦੂਰ ਕਰਨੇ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਵੀ ਨਾਲ, ਹੋਰ ਵੀ ਬਹੁਤ ਸਾਰੇ ਸਿੰਘ ਨਾਲ ਸੀਗੇ ਅਤੇ ਮਹਾਂਪੁਰਖ ਚੌਂਕੜਾ ਮਾਰ ਕੇ ਸੱਜ ਗਏ ਸਾਰੇ ਸਿੰਘਾਂ ਨੂੰ, ਕਹਿੰਦੇ ਸਾਜੋ ਭਾਈ। ਅਤੇ ਉਸ ਬੱਚੀ ਨੂੰ ਕਿ ਲਿਆ, ਪੁੱਤਰੀ ਦੱਸ ਤੇਰੇ ਕੋਲ ਕੀ ਆ। ਅਤੇ ਉਹਦੀ ਮਾਤਾ ਪਿੱਛੇ ਖੜੀ, ਕਹਿਣ ਲੱਗੀ, ਹੇ ਮਹਾਰਾਜ, ਤੂੰ ਦ੍ਰੋਪਦੀ ਦੀ ਲਾਜ ਰੱਖੀ, ਮੇਰੀ ਧੀ ਦੀ ਵੀ ਲਾਜ ਰੱਖੀ। ਅਤੇ ਸੰਤ ਫਿਰ ਐਨ ਪੂਰੇ ਬੀਰਸ ਦੇ ਵਿੱਚ ਬੋਲੇ, ਮਾਤਾ ਗੱਲ ਸੁਣ, ਸਾਡੀ ਦ੍ਰੋਪਦੀ ਦੀ ਲਾਜ ਰੱਖੀ ਸੀ, ਉਹਦੀ ਪੱਤ ਲਾਈ ਜਾ ਰਹੀ ਸੀ, ਅਸੀਂ ਪੱਤ ਲਾਉਣ ਨਹੀਂ, ਪੱਤ ਢੱਕਣ ਆਏ ਹਾਂ। ਸਭ ਸ਼ਾਂਤ ਹੋ ਗਏ। ਕਹਿੰਦੇ, ਦੱਸ ਬੀਬੀ ਕੀ ਆ ਤੇਰੇ ਕੋਲ। ਉਹ ਵਿਚਾਰੀ ਡਰ ਗਈ, ਕਹਿੰਦੇ, ਡਰ ਨਾ ਪੁੱਤਰ, ਤੂੰ ਦੱਸ ਕੀ ਹੈ। ਕਹਿੰਦੀ, ਜੀ ਮੈਂ ਥਾਲੀ ਮੋਦੀ ਮਾਰ ਕੇ ਤੇ ਸਟੋਪ ਰੱਖ ਦਿੰਦੀ ਹਾਂ, ਇਹਦੇ 'ਚ ਬੋਕੀ ਕੱਢੀ ਹੋਈ ਹੈ, ਇਹ ਧੋਤਾ ਮਾਂਜਿਆ ਹੋਇਆ ਹੈ, ਮੈਨੂੰ ਜਿਹੜੀ ਕੋਈ ਮਰਜ਼ੀ ਗੱਲ ਪੁੱਛ ਲੇ ਤੇ ਮੈਂ ਦੱਸ ਦਿੰਦੀ ਹਾਂ। ਕਿਵੇਂ ਦੱਸਦੀ ਹਾਂ? ਕਹਿੰਦੇ, ਇਹ ਸਟੋਪ ਉਨੇ ਵਾਰੀ, ਜੇ ਮੈਨੂੰ ਪੁੱਛ ਲਏ ਕਿੰਨੇ ਭਰਾ ਹੈ, ਮੇਰੀ ਕਿੰਨੀ ਉਮਰ ਹੈ, ਇਤਾਦਕ, ਉਹ ਉਨੇ ਵਾਰੀ ਕਹਿੰਦੇ ਇੱਕ ਪਾਸਿਓਂ ਸਟੋਪ ਚੱਕ ਕੇ ਥਾਲੀ 'ਤੇ ਖੜਕਾ ਕਰਦਾ ਹੈ ਅਤੇ ਪਤਾ ਲੱਗ ਜਾਂਦਾ। ਚੰਗਾ, ਕਹਿੰਦੇ, ਧੀਏ ਦੱਸ ਮੇਰੀ ਜੇਬ 'ਚ ਕਿੰਨੇ ਪੈਸੇ ਆ। ਅਤੇ ਸੰਤ ਮੁਸਕਰਾ ਕੇ ਕਹਿੰਦੇ, ਪਤਾ ਮੈਨੂੰ ਵੀ ਨਹੀਂ, ਪਰ ਦੇਖ ਲੈਂਦੇ, ਤੇਰਾ ਸਟੋਪ ਸੱਚ ਦੱਸ ਦੂ। ਜਦੋਂ ਉਹਨੇ ਕੋਸ਼ਿਸ਼ ਕੀਤੀ, ਸਟੋਪ ਉਹਦੇ ਹੱਥ ਨਾਲ ਹੀ ਸਮੇਤ ਥਾਲੀ ਤੋਂ ਥੱਲੇ ਡਿੱਗ ਪਿਆ। ਫਿਰ ਕੋਸ਼ਿਸ਼ ਕੀਤੀ, ਫਿਰ ਡਿੱਗ ਪਿਆ। ਅਤੇ ਫਿਰ ਮਹਾਂਪੁਰਖ ਨੇ ਕਿਹਾ, ਚੱਕ ਦੇ ਭਾਈ, ਇਹਨੂੰ ਰੱਖ ਦੇ ਪਾਸੇ, ਅਤੇ ਲਿਆ ਇਹਦੀ ਕਿੱਥੇ ਹੈ ਬੋਕੀ, ਇਹਦਾ ਬਾਕੀ ਦਾ ਸਮਾਨ ਕਿੱਥੇ, ਉਹ ਦੇ ਦੇ ਸਾਨੂੰ, ਦੇ ਦੇ। ਉਹ ਪਰਦੇਸੀ ਜੀ ਨੂੰ ਦੇ ਤਾ, ਡਰਾਈਵਰ ਸੀ ਬੱਸ ਦਾ। ਕਹਿੰਦੇ, ਪਰਦੇਸੀ, ਤੂੰ ਚਾਹ ਪਾਣੀ ਜਲ ਪਾਣੀ ਛਕਣਾ ਹੁੰਦਾ ਕਿਤੇ ਕਿਤੇ, ਅਤੇ ਆਹ ਲੈ ਲਿਆ, ਪਰ ਰੱਖ ਗੱਡੀ ਦੇ ਵਿੱਚ, ਇਹ ਸਟੋਪ ਤੈਨੂੰ ਕੰਮ ਦਊਗਾ। ਅਤੇ ਉਹ ਬੀਬੀ ਨੂੰ ਕਹਿੰਦੇ, ਭਾਈ ਅੰਮ੍ਰਿਤ ਛਕ, ਪਰਿਵਾਰ ਨੂੰ ਕਿਹਾ, ਸਿੱਖ ਹੋ ਕੇ ਗੁਰੂ ਗ੍ਰੰਥ ਸਾਹਿਬ ਤੋਂ ਪਾਸੇ ਤੁਰੇ ਫਿਰਦੇ ਆ। ਅਤੇ ਉਹਨੇ ਕਿਹਾ, ਮਹਾਰਾਜ, ਮੇਰੇ ਕਰਮਾਂ ਦੇ ਵਿੱਚ ਸੀ ਕਿ ਤੁਹਾਡੇ ਦਰਸ਼ਨ ਹੋਣੇ ਆ, ਅਤੇ ਸਾਰੇ ਪਰਿਵਾਰ ਨੂੰ ਅੰਮ੍ਰਿਤ ਛਕਾ ਦਿਓ, ਫਿਰਤ ਫਿਰਤ ਭੇਟੇ ਜਨ ਸਾਧੂ। ਪੂਰੇ ਗੁਰ ਸਮਝਾਇਆ, ਫਿਰ ਪੂਰੇ ਗੁਰੂ ਦੇ ਵਾਸਤੇ ਸਮਝਾਤਾ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰ ਪਾਸੇ ਤੁਰੇ ਫਿਰਾਂਗੇ। ਅਤੇ ਫਿਰ ਪਰਉਪਕਾਰੀ ਮਹਾਂਪੁਰਖਾਂ ਨੇ ਉਹ ਬੀਬੀ ਦਾ ਵਿਆਹ ਵੀ ਕਰ ਦਿੱਤਾ।